ਤੇ ਮੈਂ ਗੁਜ਼ਾਰਿਸ਼ ਕਰ ਰਿਹਾ ਸੀ, ਬਲਕਿ ਸਾਡੇ ਕਾਇਦ ਤਸ਼ਰੀਫ ਫਰਮਾ ਚੁੱਕੇ ਨੇ, ਮੈਂ ਉਹਨਾਂ ਦੀ ਗੁਜ਼ਾਰਿਸ਼ ਗੁਜ਼ਾਰ ਇਹ ਕਰਨਾ ਚਾਹੁੰਦਾ ਜੀ ਕਿ ਇੱਕ ਐਸਾ ਘਰ ਹੈ ਅਲਹਮਦੁਲਿਲਾ ਇਸ ਹਲਕੇ ਦੇ ਹਰ ਬਸਤੀ ਹਰ ਪਿੰਡ ਨਾਲ ਸਾਡਾ ਮੁਨਫਰਿਦ ਤਲਕ ਹੈ ਔਰ ਸਾਰੇ ਘਰਾਂ ਵਿੱਚ ਅਸੀਂ ਮੇਜ਼ਬਾਨ ਹਾਂ ਜੀ। ਭਾਈ ਅਦੀਲ ਹਰੀ ਮੇਰੇ ਕਲਾਸ ਫੈਲੋ ਨੇ, ਚਾਚੇ ਜਮਾਲ ਹੋਰਾਂ ਦੇ ਬੇਟੇ ਨੇ, ਚਾਚੇ ਮੁਹੰਮਦ ਅਲੀ ਹਰੀ ਸਾਡੇ ਬਜ਼ੁਰਗ ਨੇ, ਇਹ ਕਈ ਪੇ ਦੱਸਦੇ ਸਨ ਭਾਈ ਮੇਰੇ ਬਜ਼ੁਰਗਾਂ ਦੇ ਨਾਨਕੇ ਨੇ ਕੁੱਲੇ ਆਲ, ਚਾਚੇ ਆਦਮ ਹਰੀ ਵੀ ਤਸ਼ਰੀਫ ਫਰਮਾ ਨੇ, ਇਹ ਹੁਣ ਵੀ ਫੈਜ਼ਲ ਹਸਨ ਸ਼ਹਿਰੀ ਵੀ ਆਏ ਨੇ ਜਿਹੜੀ ਮੈਂ ਗੱਲ ਕਰ ਰਿਹਾ ਸੀ, ਇਹਨਾਂ ਦੇ ਵੀ ਅਗਰ ਤੁਸੀਂ ਦਾਏ ਪਾਏ ਵੇਖੋ ਤੇ ਨਵੇਂ ਲੋਕ ਨੇ, ਨਸਲਾਂ ਤੇ ਮੁਹੀਦ ਦੇ ਸਫ਼ਰ ਹੈ ਔਰ ਕਮ ਅਜ਼ ਕਮ ਜਿਹੜੇ ਇਹਨਾਂ ਦੇ ਨਾਲ ਦੋਸਤ ਬਾਪ ਤਸ਼ਰੀਫ ਫਰਮਾ ਨੇ ਜਾਂ ਜਿਹੜੇ ਨਾਲ ਆਏ ਨੇ, ਇਹ ਵੀ ਕਮ ਅਜ਼ ਕਮ ਦੋ ਦੋ ਤਿੰਨ ਤਿੰਨ ਚਾਰ ਜਾਂ ਨਸਲਾਂ ਤੋਂ ਸਾਡਾ ਇਹਨਾਂ ਦਾ ਤਲਕ ਹੈ। ਇਨਸ਼ਾਅੱਲਾ ਇਹ ਨਸਲੀ ਤਲਕ ਇਹ ਸਾਡਾ ਜ਼ਾਤੀ ਔਰ ਹਲੂਸ ਔਰ ਮੁਹੱਬਤ ਦਾ ਤਲਕ ਜਿਸ ਤਰ੍ਹਾਂ ਸਾਡੇ ਬਜ਼ੁਰਗਾਂ ਦੀ ਰਵਾਇਤ ਆਈਆਂ ਚੱਲਦਾ ਹੈ, ਇਨਸ਼ਾਅੱਲਾ ਸਾਡਾ ਇਹ ਸਫ਼ਰ ਤੁਹਾਡੇ ਨਾਲ ਤਮਾਮ ਹੋਵੇ। ਆਖਰ ਤੇ ਮੈਂ ਇਸ ਘਰ ਦੇ ਮੇਜ਼ਬਾਨ ਹੋਣ ਦੇ ਨਾਤੇ ਸ਼ਾਹ ਸਾਹਿਬ ਨੂੰ ਵੈਲਕਮ ਵੀ ਕਰਨਾ ਔਰ ਦੀਗਰ ਜਿੰਨੇ ਅਹਬਾਬ ਆਏ ਨੇ ਇਹਨਾਂ ਤਮਾਮ ਦਾ ਇੰਤਹਾਈ ਮਸ਼ਕੂਰ ਮਮਨੂਨ ਆ, ਤੁਹਾਡੀਆਂ ਮੁਹੱਬਤਾਂ ਦੇ ਬਹੁਤ ਮਸ਼ਕੂਰ ਆ, ਬਹੁਤ ਮਮਨੂਨ ਆ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਬਸ।